ਜਦੋਂ ਦੁਨੀਆ 'ਚ ਕੋਵਿਡ-19 ਦੇ ਵੇਲੇ ਲਾਕਡਾਊਨ ਲੱਗਿਆ ਸੀ ਤਾਂ ਉਸ ਵੇਲੇ ਅਸੀਂ ਦੇਖਿਆ ਸੀ ਕਿ ਧਰਤੀ ਦਾ ਵਾਤਾਵਰਣ ਕਾਫੀ ਹੱਦ ਤੱਕ ਸਾਫ਼ ਹੋ ਚੁੱਕਿਆ। ਪੰਜਾਬ ਦੇ ਹੁਸ਼ਿਆਰਪੁਰ ਤੋਂ ਪਹਾੜੀਆਂ ਦੇਖਣ ਲੱਗੀਆਂ ਸੀ। ਸਾਡੇ ਆਲੇ-ਦੁਆਲੇ ਦੀ ਹਵਾ ਬਹੁਤ ਹੱਦ ਤੱਕ ਸਾਫ਼ ਹੋ ਗਈ ਸੀ। ਧਰਤੀ ਦੇ ਆਲੇ-ਦੁਆਲੇ ਦੀ ਓਜ਼ੋਨ ਪਰਤ ਵੀ ਮੁੜ ਤੋਂ ਆਪਣੇ ਆਪ ਨੂੰ ਦਰੁਸਤ ਕਰਨ ਲੱਗ ਗਈ ਸੀ। ਪਰ ਕੀ ਤੁਹਾਨੂੰ ਪਤਾ ਹੈ ਕਿ ਧਰਤੀ ਦੇ ਉੱਤੇ ਲੱਗੇ ਲਾਕਡਾਊਨ ਦੇ ਵੇਲੇ ਘਟੀਆਂ ਮਨੁੱਖੀ ਗਤੀਵਿਧੀਆਂ ਦੇ ਕਰਕੇ ਚੰਦ ਦੇ ਉੱਤੇ ਵੀ ਅਸਰ ਪਿਆ ਸੀ। ਉਹ ਅਸਰ ਕੀ ਸੀ ਅੱਜ ਦੇ ਇਸ ਖਾਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਤੇ ਇਹ ਤੁਹਾਨੂੰ ਹੈਰਾਨ ਕਰ ਦੇਗਾ। ਦਾ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਇੱਕ ਹੋਰ ਖਾਸ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਭਾਰਤੀ ਵਿਗਿਆਨੀਆਂ ਨੇ ਇੱਕ ਨਵਾਂ ਅਧਿਐਨ ਕੀਤਾ ਹੈ ਜਿਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਉੱਥੇ ਹੀ ਸੋਚਣ ਦੇ ਲਈ ਮਜਬੂਰ ਵੀ ਕਰ ਦਿੱਤਾ ਹੈ। ਦਰਅਸਲ ਅਧਿਐਨ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕੋਵਿਡ-19 ਦੇ ਕਾਰਨ ਲੱਗੇ ਲੋਕਡਾਊਨ ਦਾ ਅਸਰ ਨਾ ਸਿਰਫ ਧਰਤੀ ਸਗੋਂ ਚੰਦਰਮਾ ਦੇ ਉੱਤੇ ਵੀ ਪਿਆ ਜਿੱਥੇ ਇਸ ਸਮੇਂ ਧਰਤੀ ਦੇ ਉੱਤੇ ਹੋਰ ਬਦਲਾਵਾ ਦੇ ਨਾਲ-ਨਾਲ ਪ੍ਰਦੂਸ਼ਣ ਤੇ ਗਰਮੀ ਵੀ ਘਟ ਗਈ ਸੀ ਉੱਥੇ ਹੀ ਇਸੇ ਸਮੇਂ ਦੇ ਦੌਰਾਨ ਚੰਦਰਮਾ ਦੀ ਸਤ੍ਹਾ ਦੇ ਉੱਤੇ ਤਾਪਮਾਨ ਦੇ ਵਿੱਚ ਵੀ ਬਹੁਤ ਵੱਡੀ ਗਿਰਾਵਟ ਹੋਈ ਸੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਗਿਰਾਵਟ ਕੋਈ ਆਮ ਨਹੀਂ ਸੀ ਸਗੋਂ ਬਹੁਤ ਹੀ ਅਸਾਧਾਰਨ ਤਰੀਕੇ ਦੇ ਨਾਲ ਚੰਦ ਦਾ ਤਾਪਮਾਨ ਘਟਿਆ ਸੀ ਤਾਪਮਾਨ ਦੇ ਵਿੱਚ ਗਿਰਾਵਟ ਕਿੰਨੀ ਗੰਭੀਰ ਸੀ ਇਹਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਮੇਂ ਦੇ ਦੌਰਾਨ ਤਾਪਮਾਨ 8 ਤੋਂ 10 ਕੇਲਵਿਨ ਤੱਕ ਡਿੱਗਿਆ ਸੀ ਤੇ ਜੇਕਰ ਸੈਲਸੀਅਸ ਦੇ ਵਿੱਚ ਅਸੀਂ ਇਸ ਨੂੰ ਦੇਖੀਏ ਤਾਂ ਇਹ -233 ਡਿਗਰੀ ਸੈਲਸੀਅਸ ਦੇ ਬਰਾਬਰ ਹੈ। ਭਾਰਤ ਦੇ ਵਿੱਚ ਭੌਤਿਕ ਖੋਜ ਪ੍ਰਯੋਗਸ਼ਾਲਾ ਭਾਪਕੇ ਪੀਆਰਐਲ ਦੇ ਨਾਲ ਜੁੜੇ ਵਿਗਿਆਨੀ ਕੇ ਦੁਰਗਾ ਪ੍ਰਸਾਦ ਤੇ ਜੀਐਮ ਬਿੱਲੀ ਨੇ ਆਪਣੇ ਅਧਿਐਨ ਦੇ ਵਿੱਚ ਪਾਇਆ ਕਿ ਅਪ੍ਰੈਲ ਅਤੇ ਮਈ 220 ਦੇ ਵਿਚਕਾਰ ਹੈ ਲੋਕਡਾਊਨ ਦੇ ਦੌਰਾਨ ਚੰਦ ਦੀ ਸਤਹ ਦਾ ਤਾਪਮਾਨ ਆਮ ਦੇ ਨਾਲੋਂ ਬਹੁਤ ਜ਼ਿਆਦਾ ਘਟ ਗਿਆ ਸੀ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਵਿਗਿਆਨੀਆਂ ਨੇ ਆਪਣੇ ਅਧਿਐਨ ਦੇ ਵਿੱਚ ਨਾਸਾ ਦੇ ਲੂਨਰ ਰਿਕੋਨੈਸਸ ਆਰਬਟਰ ਤੋਂ ਮਿਲੇ ਡਾਟਾ ਦੀ ਵਰਤੋਂ ਕੀਤੀ ਹੈ ਇਹ ਲੂਨਰ ਆਰਬਟਰ ਪਿਛਲੇ ਲਗਭਗ 10 ਸਾਲਾਂ ਤੋਂ ਚੰਦ ਦੇ ਆਲੇ-ਦੁਆਲੇ ਚੱਕਰ ਕੱਢ ਰਿਹਾ ਹੈ ਤੇ ਇਹਨੇ ਚੰਦ ਨੂੰ ਲੈ ਕੇ ਹੋਰ ਵੀ ਬਹੁਤ ਮਹੱਤਵਪੂਰਨ ਡਾਟਾ ਧਰਤੀ ਦੇ ਉੱਤੇ ਨਾਸਾ ਨੂੰ ਭੇਜਿਆ ਹੈ ਇਸ ਅਧਿਐਨ ਦੇ ਨਤੀਜੇ ਰਾਇਲ ਐਸਟਰੋਨੋਮਿਕਲ ਸੁਸਾਇਟੀ ਦੇ ਮਾਸਿਕ ਨੋਟਿਸ ਜਿਹੜਾ ਆਉਂਦਾ ਹੁੰਦਾ ਹੈ ਉਹਦਾ ਨਾਮ ਹੈ ਲੈਟਸ ਜਨਰਲ ਉਹਦੇ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ ਆਪਣੇ ਅਧਿਐਨ ਦੇ ਦੌਰਾਨ ਖੋਜਕਰਤਾਵਾਂ ਨੇ 217 ਅਤੇ 223 ਦੇ ਵਿਚਕਾਰ ਚੰਦਰਮਾ ਦੇ 6 ਵੱਖ-ਵੱਖ ਸਥਾਨਾਂ ਜਿਨ੍ਹਾਂ ਦੇ ਵਿੱਚ ਮੇਰੇ ਸੇਰੇਨੀਟੈਟਿਸ ਮੇਰੇ ਏਮਬਰੀਅਮ ਮੇਰੇ ਟ੍ਰੈਨਕਵਿਲੀਟੈਸ ਮੇਰੇ ਕ੍ਰਾਈਜ਼ੀਅਮ ਤੇ ਓਸ਼ੀਅਨ ਪ੍ਰੋਸੋਲੇਰਮ ਦੇ ਖੇਤਰਾਂ ਦੇ ਵਿੱਚ ਰਾਤ ਦੇ ਸਮੇਂ ਸਤਹ ਦੇ ਤਾਪਮਾਨ ਦਾ ਵਿਸ਼ਲੇਸ਼ਣ ਕੀਤਾ ਸੀ ਜਿਕਰ ਦੇਖਿਆ ਜਾਵੇ ਤਾਂ ਤਾਮਾ ਦੇ ਵਿੱਚ ਇਹ ਗ੍ਰਾਵਟਾ ਨਾ ਸਿਰਫ ਇੱਕ ਬਹੁਤ ਹੀ ਆਸਧਾਰਨ ਘਟਨਾ ਸਗੋਂ ਇਹਨੇ ਇੱਕ ਨਵੀਂ ਚਰਚਾ ਵੀ ਛੇੜ ਦਿੱਤੀ ਹੈ ਕਿ ਸਾਡੇ ਵੱਲੋਂ ਚੁੱਕੇ ਗਏ ਕਦਮ ਬ੍ਰਹਿਮੰਡ ਦੇ ਹੋਰ ਹਿੱਸਿਆਂ ਨੂੰ ਵੀ ਕਿਵੇਂ ਪ੍ਰਭਾਵਿਤ ਕਰ ਸਕਦੇ ਆ ਵਿਗਿਆਨੀਆਂ ਦੇ ਅਨੁਸਾਰ ਇਹ ਗੱਲ ਦਾ ਸਬੂਤ ਵੀ ਹੈ ਕਿ ਮਨੁੱਖੀ ਗਤੀਵਿਧੀਆਂ ਦਾ ਪ੍ਰਭਾਵ ਸਿਰਫ ਧਰਤੀ ਤੱਕ ਹੀ ਸੀਮਿਤ ਨਹੀਂ ਹੈ ਹੁਣ ਇਹ ਚੰਦ ਦੇ ਉੱਤੇ ਵੀ ਪਹੁੰਚ ਚੁੱਕਿਆ ਹੈ ਇਹਦੇ ਕਾਰਨਾਂ ਦੇ ਉੱਤੇ ਰੋਸ਼ਨੀ ਪਾਉਂਦੇ ਹੋਏ ਵਿਗਿਆਨੀਆਂ ਨੇ ਖੁਲਾਸਾ ਕੀਤਾ ਕਿ ਧਰਤੀ ਦੇ ਉੱਤੇ ਲੱਗੀ ਤਾਲਾਬੰਦੀ ਦੇ ਕਾਰਨ ਮਨੁੱਖੀ ਗਤੀਵਿਧੀਆਂ ਦੇ ਵਿੱਚ ਕਮੀ ਆਈ ਤੇ ਇਹਦੇ ਕਰਕੇ ਐਰੋਸੋਲ ਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਤੇ ਵਿੱਚ ਵੀ ਕਮੀ ਹੋਈ ਤੇ ਇਹਦੇ ਨਾਲ ਧਰਤੀ ਦੇ ਵਿੱਚੋਂ ਨਿਕਲਣ ਵਾਲੀ ਰੇਡੀਏਸ਼ਨ ਘਟ ਗਈ ਜਿਸ ਦੇ ਕਰਕੇ ਚੰਦਰਮਾ ਦੀ ਸਤ੍ਹਾ ਤੇ ਤਾਪਮਾਨ ਦੇ ਉੱਤੇ ਵੀ ਅਸਰ ਪਿਆ ਯਾਦ ਰੱਖੇ ਕਿ ਕੋਵਿਡ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਲਗਾਈ ਗਈ ਤਾਲਾਬੰਦੀ ਦੇ ਦੌਰਾਨ ਪੂਰੀ ਦੁਨੀਆ ਦੀਆਂ ਸੜਕਾਂ ਤੋ ਵਾਹਨ ਅਤੇ ਲੋਕ ਬਿਲਕੁਲ ਗਾਇਬ ਹੋ ਗਏ ਸੀ ਉਦਯੋਗ ਬਿਲਕੁਲ ਬੰਦ ਹੋ ਗਏ ਸੀ ਤੇ ਇਹਦੇ ਨਤੀਜੇ ਦੇ ਵਜੋਂ ਇਸ ਸਮੇਂ ਦੌਰਾਨ ਪ੍ਰਦੂਸ਼ਣ ਦੇ ਵਿੱਚ ਭਾਰੀ ਕਮੀ ਆਈ ਸੀ ਵਿਗਿਆਨੀਆਂ ਦੇ ਮੁਤਾਬਕ ਇਸ ਅਧਿਐਨ ਦੇ ਨਤੀਜੇ ਬਹੁਤ ਹੀ ਮਹੱਤਵਪੂਰਨ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਧਰਤੀ ਦੇ ਰੇਡੀਏਸ਼ਨ ਤੇ ਚੰਦਰਮਾ ਦੇ ਤਾਪਮਾਨ ਦੇ ਵਿੱਚ ਆਈਆਂ ਤਬਦੀਲੀਆਂ ਦੇ ਵਿਚਾਰ ਦੇ ਲਈ ਸਬੰਧਾਂ ਨੂੰ ਪੂਰੇ ਤਰੀਕੇ ਦੇ ਨਾਲ ਸਮਝਣ ਦੇ ਲਈ ਅਜੇ ਹੋਰ ਵੀ ਡੇਟਾ ਦੀ ਲੋੜ ਪਵੇਗੀ ਸੁਵਾਛਤੀ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਹੁਣ ਮੈਨੂੰ ਦੇ ਉਜਾਜ਼ਤ ਤੁਸੀਂ ਜੁੜੇ ਰਹੋ ਖਾਲਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ